ਤੇ ਇਹ ਕੁੱਤਾ ਵੀ ਇਹਨਾਂ ਨੂੰ ਮਾਰੇਗਾ। ਤੁਸੀਂ ਰਲ ਕੇ ਕੁੱਤੇ ਦੇ ਨਾਲ ਰਲ ਕੇ ਇਹਨਾਂ ਨੂੰ ਮਾਰਨਾ ਹੈ ਜੀ। ਅਸਲਾਮ ਅਲੈਕੁਮ ਦੋਸਤੋ, ਮੈਂ ਹਾਂ ਤੁਹਾਡਾ ਭਰਾ ਵਿੱਕੀ ਖਾਨ ਅਤੇ ਤੁਸੀਂ ਮੇਰਾ ਯੂਟਿਊਬ ਚੈਨਲ ਵੇਖਦੇ ਪਏ ਹੋ ਪੇਂਡੂ ਜੀ ਗੇਮਰਸ। ਅੱਜ ਦੀ ਜਿਹੜੀ ਵੀਡੀਓ ਹੈ ਆਪਾਂ ਫਟਾਫਟ ਸ਼ੁਰੂ ਕਰਨੇ ਹਾਂ, ਹੋਰ ਕੋਈ ਲੰਮੀ ਚੌੜੀ ਗੱਲ ਨਹੀਂ ਕਰਨੀ ਆਪਾਂ, ਅਤੇ ਜਲਦੀ ਜਲਦੀ ਵੀਡੀਓ ਸ਼ੁਰੂ ਕਰਨੇ ਹੈ। ਅਤੇ ਤੁਸੀਂ ਵੇਖ ਸਕਦੇ ਨੇ ਗੇਮ ਸ਼ੁਰੂ ਹੋ ਚੁੱਕੀ ਹੈ, ਅਤੇ ਬਾਕੀ ਅੱਜ ਥੋੜ੍ਹੀ ਇਮਾਦਤ ਵੀ ਹੈ ਕਿਉਂਕਿ ਸਿਗਨਲ ਜਿਹੜੇ ਨੇ ਉਹ ਵੀਕ ਹੋ ਸਣ, ਅਤੇ ਬਾਕੀ ਗੇਮ ਦੀ ਜਿਹੜੀ ਹੈ, ਚਲੋ ਆਪਾਂ ਗੇਮ ਦੀ ਤੁਹਾਨੂੰ ਡਿਟੇਲ ਦੱਸਣੇ ਹੈ। ਗੇਮ ਦੀ ਡਿਟੇਲ ਤੁਸੀਂ ਸਕਰੀਨ 'ਤੇ ਵੇਖਦੇ ਪਏ ਹੋ ਕਿ ਇਹਦੇ ਵਿੱਚ ਆਪਾਂ ਨੂੰ ਮਿਸ਼ਨ ਮਿਲਦੇ ਨੇ, ਅਤੇ ਗੇਮ ਦਾ ਨਾਮ ਜਿਹੜਾ ਹੈ ਸਟੇਟ ਆਫ ਸਰਵਾਈਵਲ ਇਸ ਗੇਮ ਦਾ ਨਾਮ ਹੈ, ਅਤੇ ਬੜੀ ਹੀ ਜ਼ਬਰਦਸਤ ਗੇਮ ਹੈ, ਬੜੀ ਆਲਾ ਕਿਸਮ ਦੀ ਗੇਮ ਹੈ ਯਾਰ। ਮੈਂ ਨਾ ਚੱਸਾਂ ਕਰਾ ਦਿੰਦੀ ਹੈ ਗੇਮ, ਜਿਹੜਾ ਬੰਦਾ ਇਹਨੂੰ ਖੇਡਦਾ ਹੈ ਉਹ ਕਹਿੰਦਾ ਹੈ ਯਾਰ ਵਾਕਿਆ ਹੀ ਕੋਈ ਬਲਾਂ ਗੇਮ ਹੈ, ਚੰਗੀ ਤਕੜੀ ਗੇਮ ਹੈ। ਅਤੇ ਤੁਸੀਂ ਇਹਨੂੰ ਪਲੇ ਸਟੋਰ ਤੋਂ ਇੰਸਟਾਲ ਕਰ ਸਕਦੇ ਨੇ, ਅਤੇ ਇਹ ਔਨਲਾਈਨ ਤੁਸੀਂ ਖੇਡ ਸਕਦੇ ਨੇ ਇਸ ਗੇਮ ਨੂੰ। ਅਤੇ ਉਸ ਤੋਂ ਬਾਅਦ ਗ੍ਰਾਫਿਕਸ ਤੁਸੀਂ ਵੇਖਦੇ ਪਏ ਹੋ ਵੀ ਇਹਦੀ ਕਿਵੇਂ ਦੀ ਤੁਹਾਨੂੰ ਨਜ਼ਰ ਆਉਂਦੀ ਪਈ ਹੈ, ਅਤੇ ਬਾਕੀ ਆਹ ਬਾਈ ਜਿਹੜੇ ਹੈ ਨੇ ਆਹ ਬਦਮਾਨਸ ਜੇ ਤੁਹਾਨੂੰ ਨਜ਼ਰ ਆਉਂਦੇ ਪਏ ਨੇ, ਤੁਸੀਂ ਇਸ ਗੇਮ ਦੇ ਵਿੱਚ ਇਹੀ ਮਾਰਨੇ ਹੁੰਦੇ ਨੇ, ਇਹਨਾਂ ਤੋਂ ਬਚਣਾ ਹੁੰਦਾ। ਇਹ ਆਹ ਤੁਹਾਡੇ ਕੋਲ ਕੁੱਤਾ ਵੀ ਹੈ, ਅਤੇ ਇਹ ਕੁੱਤਾ ਵੀ ਇਹਨਾਂ ਨੂੰ ਮਾਰੇਗਾ, ਤੁਸੀਂ ਰਲ ਕੇ ਕੁੱਤੇ ਦੇ ਨਾਲ ਰਲ ਕੇ ਇਹਨਾਂ ਨੂੰ ਮਾਰਨਾ ਹੈ ਜੀ। ਅਤੇ ਬੜਾ ਹੀ ਮਜ਼ਾ, ਬੜਾ ਹੀ ਇੰਜੋਏ ਇਸ ਗੇਮ ਦੇ ਵਿੱਚ ਬੰਦਾ ਕਰਦਾ ਹੈ। ਅਤੇ ਇਹ ਕੁੱਤਾ ਗਰੀਬ ਮਰੂ ਹੈ, ਉਹ ਮਰ ਗਿਆ ਜੇ ਕੁੱਤਾ, ਫਿਰ ਆ ਗਿਆ ਜੇ ਕੁੱਤੇ ਦਾ ਬੱਚਾ, ਫਿਰ ਉੱਧਰ ਚਲਾ ਜਾਂਦਾ ਜੀ। ਚਲੋ ਸਹੀ ਹੈ, ਹੁਣ ਇਸ ਗੇਮ ਦੇ ਵਿੱਚ ਜਿਹੜਾ ਹੈ ਨਾ ਤੁਹਾਨੂੰ ਮਿਸ਼ਨ ਮਿਲਦੇ ਨੇ, ਅਤੇ ਇਹ ਗੇਮ ਚੰਗੇ ਤੁਹਾਡੇ ਸਿਗਨਲ ਹੋਣੇ ਚਾਹੀਦੇ ਨੇ। ਵੈਸੇ ਇੰਜੋਏ ਮੇਰੇ ਥੋੜ੍ਹੇ ਸਿਗਨਲ ਵੀਕ ਨੇ, ਅਤੇ ਇਸ ਵਾਸਤੇ ਥੋੜ੍ਹਾ ਜਿਹਾ ਗੇਮ ਹੈ ਫਸ ਫਸ ਕੇ ਚਲਦੀ ਪਈ ਹੈ, ਰੁਕ ਰੁਕ ਕੇ ਚਲਦੀ ਪਈ ਹੈ, ਮਾਤ ਕੋਈ ਗਲਤ ਸਮਝਿਆ ਜੇ, ਠੀਕ ਹੈ। ਅਤੇ ਇਹ ਜਿਹੜੀ ਗੇਮ ਹੈ ਤੁਸੀਂ ਚੰਗੀ ਵਾਹਵਾ ਮਜ਼ੇ ਵਾਲੀ ਗੇਮ ਹੈ, ਮੈਂ ਤੁਹਾਨੂੰ ਇਹ ਨਹੀਂ ਆਖਦਾ ਵੀ ਇੰਨੀ ਮਾੜੀ ਵੀ ਨਹੀਂ ਹੈ। ਅਤੇ ਤੁਸੀਂ ਇਹਨੂੰ ਵੇਖ ਸਕਦੇ ਹੋ, ਸਕਰੀਨ 'ਤੇ ਵੇਖਦੇ ਪਏ ਹੋ, ਅਤੇ ਯਾਰ ਮੈਂ ਕਹਿੰਦਾ ਯਾਰ ਬੜੀ ਬਲਾਂ ਗੇਮ ਹੈ ਯਾਰ, ਤੁਸੀਂ ਇਹਨੂੰ ਇੱਕ ਵਾਰੀ ਇੰਸਟਾਲ ਕਰਕੇ ਅਤੇ ਖੇਡੋ, ਤੁਹਾਨੂੰ ਪਤਾ ਲੱਗੇ ਵੀ ਗੇਮ ਕੀ ਹੋ ਜੀ ਹੈ। ਅਤੇ ਨਾਲੇ ਯਾਰ ਆਹ ਜਿਹੜੇ ਨੇ ਨਾ ਭਾਵੇਂ ਮੋਟੇ ਡੇਢ ਵਾਲੇ ਆ ਗਏ, ਇਹਨਾਂ ਤੋਂ ਬਚਣਾ, ਇਹ ਵੀ ਬੜੇ ਬਲਾਂ ਬੰਦੇ ਨੇ, ਇਹ ਭਾਈ ਇਹ ਅਖੀਰ ਕਰ ਛੱਡ ਦੇਣ, ਇਹ ਤਾਂ ਜਬਦੇ ਮਰਨ ਦਾ ਨਾਂ ਹੀ ਨਹੀਂ ਲੈਂਦੇ, ਜ਼ਲੀਲ ਇਹਦੇ ਵੇਖੋ ਮਸੇ ਮਸੇ ਮਰਦੇ ਪਏ ਨੇ। ਅਤੇ ਇਹਨਾਂ ਨੂੰ ਮਾਰ ਕੇ ਜਾਨ ਛੁਡਾਉਣੀ ਹੈ, ਤੁਹਾਡਾ ਮਿਸ਼ਨ ਕੰਪਲੀਟ ਹੋ ਗਿਆ ਸੀ, ਅੱਗੋਂ ਤੋਂ ਨਵਾਂ ਮਿਸ਼ਨ ਲੱਭ ਸੀ। ਅਤੇ ਬੜੀ ਝੱਸ ਵਾਲੀ ਗੇਮ ਹੈ ਯਾਰ, ਮੁੜ ਮੁੜ ਮੈਂ ਤੁਹਾਨੂੰ ਆਖਦਾ ਪਿਆ, ਅਤੇ ਆ ਬੇਲੀ ਕੁੱਤਾ ਇੱਕ ਵਾਰੀ ਫਿਰ ਮਾਰ ਗਿਆ ਜੀ। ਅਤੇ ਬਾਕੀ ਮੁੜ ਵੀ ਤੁਹਾਨੂੰ ਆਖਦਾ ਪਿਆ, ਇੱਕ ਵਾਰੀ ਇਹਨੂੰ ਇੰਸਟਾਲ ਕਰ ਲਵੇ, ਠੀਕ ਹੈ, ਅਤੇ ਇਹਨੂੰ ਖੇਡ ਲਵੇ ਜੀ, ਅਤੇ ਮਜ਼ਾ ਨਾ ਆਵੇ ਤਾਂ ਪੈਸੇ ਵਾਪਸ, ਠੀਕ ਹੈ। ਅਤੇ ਬਾਕੀ ਅਗਰ ਮੇਰੇ ਚੈਨਲ ਨੂੰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਅਤੇ ਵੀਡੀਓ ਵੇਖੀ ਜਾਂਦੇ ਹੋ, ਤਾਂ ਫਿਰ ਤੁਹਾਡੀ ਮਰਜ਼ੀ ਹੈ ਯਾਰ। ਵੈਸੇ ਹਰ ਗੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਖਣਾ, ਰਿਕੁਐਸਟਾਂ ਕਰਨਾ, ਮਿੰਨਤਾਂ ਕਰਨਾ, ਠੀਕ ਹੈ। ਹੁਣ ਮੈਂ ਤੁਹਾਡੇ ਆ ਕੇ ਪੈਰ ਫੜਾਂ, ਅਤੇ ਮੁੜ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸੋ ਹੈ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨਾਲ ਲਾਈਕ ਵੀ ਠੋਕੋ, ਅਤੇ ਉਸ ਤੋਂ ਬਾਅਦ ਜਿਹੜਾ ਬੈੱਲ ਦਾ ਆਈਕਨ ਹੈ ਉਹਨੂੰ ਲਾਜ਼ਮੀ ਨਾਲ ਨੱਪਿਆ ਕਰੋ, ਕਿਉਂਕਿ ਉਹਦੇ ਨਾਲ ਹੀ ਤੁਹਾਡੇ ਕੋਲ ਮੇਰੀ ਵੀਡੀਓ ਪਹੁੰਚ ਸਕਦੀ, ਨਹੀਂ ਤਾਂ ਮੁੜ ਤੁਸੀਂ ਬੈਠੇ ਰਹੇ ਜੇ ਮੂੰਹ ਚੁੱਕ ਕੇ ਵੀ ਹਾਲੇ ਤੱਕ ਕੋਈ ਵੀਡੀਓ ਨਹੀਂ ਆਈ ਬਾਈ ਦੀ, ਮੁੜ ਤੁਸੀਂ ਉਵੇਂ ਕੱਢ ਕੱਢ ਕੇ ਵੇਖਦੇ ਰਹੇ ਜੇ ਵੀਡੀਓ, ਠੀਕ ਹੈ। ਅਤੇ ਬਾਕੀ ਮਿਹਰਬਾਨੀ ਤੁਹਾਡੀ, ਤੁਸੀਂ ਜਿਹੜਾ ਹੈ ਮੇਰੀ ਵੀਡੀਓ ਨੂੰ ਵੇਖਿਆ, ਅਤੇ ਅਗਰ ਵੀ ਨੈਕਸਟ ਟਾਈਮ ਇਵੇਂ ਵੇਖ ਹੀ ਰੱਖਿਆ ਜੇ, ਅਤੇ ਮੁੜ ਤੁਹਾਨੂੰ ਆਖਦਾ ਪਿਆ ਇਸ ਗੇਮ ਨੂੰ ਜਿਹੜਾ ਨਾਮ ਉਹ ਮੈਂ ਤੁਹਾਨੂੰ ਨਾਮ ਤਾਂ ਸ਼ੁਰੂ ਤੋਂ ਦੱਸ ਦਿੱਤਾ, ਬਾਕੀ ਇਸ ਗੇਮ ਦੀ ਡਿਟੇਲ ਤੁਸੀਂ ਯੂਟਿਊਬ ਤੋਂ ਚੈੱਕ ਕਰ ਸਕਦੇ ਨੇ, ਇਹ ਮੈਂ ਤੁਹਾਨੂੰ ਵੀ ਦੱਸ ਦਿੱਤੀ ਹੈ ਇਸ ਗੇਮ ਦੀ ਡਿਟੇਲ। ਅਤੇ ਮਜ਼ੀਦ ਇਹੋ ਜਿਹੀ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਵਿਜ਼ਿਟ ਕਰੋ, ਅਤੇ ਇਨਸ਼ਾਅੱਲਾ ਤੁਹਾਨੂੰ ਲਾਜ਼ਮੀ ਬੜੀਆਂ ਹੀ ਬਿਹਤਰੀਨ ਵੀਡੀਓ ਮਿਲਣਗੀਆਂ, ਵੀਡੀਓ ਬਲਕਿ ਮੈਂ ਕਹਿੰਦਾ 10 ਵਾਲੀਆਂ ਵੀਡੀਓ ਮਿਲਣਗੀਆਂ। ਹੁਣ ਆਪਣੇ ਦੋਸਤ ਨੂੰ ਦਿਓ ਜੀ ਇਜਾਜ਼ਤ, ਅਤੇ ਅੱਲਾ ਹਾਫਿਜ਼।